ਵਾਲੇਕੁਮ ਸਲਾਮ ਸਰ, ਤੁਸੀਂ ਕਦੇ ਰੂਟ ਬੀਅਰ ਪੀਤੀ ਹੈ? ਰੂਟ ਪੀਏ? ਰੂਟ ਬੀਅਰ ਨਹੀਂ, ਕਦੇ ਨਹੀਂ ਪੀਤੀ। ਨਹੀਂ ਜੀ, ਰੂਟ ਪੀਏ ਤਾਂ ਅਸੀਂ ਕਦੇ ਨਹੀਂ ਪੀਤੀ, ਨਾ ਕਦੀ ਤਾਂ ਪੁੱਛ ਸਕਦਾ। ਰੂਟ ਪੀਏ, ਕੋਕੋ ਕੋਲਾ ਦੀ ਬੋਤਲ ਪੀਤੀ, ਸੈਵਨ ਅਪ ਦੀ ਬੋਤਲ ਪੀਤੀ ਹੈ ਜੀ, ਸਪਰੈਡ ਪੀਤੀ, ਬੀਅਰ ਨਹੀਂ। ਝੱਗ ਝੱਗ ਆਈ, ਮਿਲਕ ਸ਼ੇਕ ਤੇ ਨਹੀਂ ਬਣਾਇਆ ਬੀਅਰ ਦਾ। ਅੱਛਾ, ਇਹਦੇ ਕੋਹਲ ਨਹੀਂ ਪਾਉਂਦੇ? ਕਿਆ ਬਾਤ ਹੈ, ਵੇਖਣ ਲੱਗ ਕਿਸ ਤਰ੍ਹਾਂ ਦੀ ਉਦੋਂ ਗੁਬਾਰੇ ਬਣਦੇ, ਝੱਗ ਜੀ ਆਉਣਾ ਸ਼ੁਰੂ, ਜਿਵੇਂ ਅਕਸਰ ਕੋਕ ਜਾਂ ਕਿਸ ਚੀਜ਼ ਨਾ ਸਪਰਾਈਡ ਵਗੈਰਾ ਪਾਉਂਦੇ, ਝੱਗੀ ਆਉਣਾ ਸ਼ੁਰੂ ਹੋ ਜਾਂਦੀ ਹੈ, ਇਹਦੇ ਵੀ ਝੱਗ ਆਉਣਾ ਸ਼ੁਰੂ ਹੋ ਗਈ। ਅੱਛਾ, ਵੇਖਣਾ ਨੇ ਇਹ ਕਿਵੇਂ ਖਾਈ, ਕੋਕ ਜਾਂ ਪੈਪਸੀ ਪੀ ਰਿਹਾ? ਹਾਜ਼ਮੇ ਵਾਸਤੇ ਅਜੀਬ ਜਿਹਾ। ਦੇਖੋ, ਸਾਡੇ ਕਿਸੇ ਨੂੰ ਦਿਓਗੇ ਤਾਂ ਉਹਨਾਂ ਕਹਿੰਦੇ ਸੀਰਪ ਵਗੈਰਾ ਪਿਲਾ ਦਿੱਤਾ, ਜਿਹੋ ਜਿਹਾ ਇਹਦਾ ਜ਼ੈਕਾ ਹੈ, ਜਿਹੋ ਜਿਹਾ ਇਹਦਾ ਕਲਰ ਹੈਗਾ। ਮੈਂ ਤਾਂ ਸਮਝਿਆ ਕੋਕ ਤੇਰਾ ਜ਼ੈਕਾ ਹੋਏਗਾ, ਮਰਿੰਡਾ ਤੇਰਾ ਉਹ ਕੋਕ ਪੈਪਸੀ ਤਰ੍ਹਾਂ ਜ਼ਾਇਕਾ ਹੋਏਗਾ, ਲੇਕਿਨ ਇਹਦਾ ਤਾਂ ਕੋਕ ਤਰ੍ਹਾਂ ਜ਼ਾਇਕਾ ਹੀ ਨਹੀਂ ਹੈਗਾ। ਇਹਦੇ 'ਚ ਨਾ ਲੂਣ ਹੈ, ਨਾ ਮਿਰਚ ਹੈ, ਨਾ ਕੋਈ ਐਲਕੋ ਮਤਲਬ ਸੋਡਾ ਹੈਗਾ। ਇਹ ਤਾਂ ਬੜੀ ਕੌੜੀ ਜਿਹੀ, ਫਿੱਕੀ ਜਿਹੀ ਜੀ, ਕਿਉਂਕਿ ਇਹਦਾ ਜ਼ਾਇਕਾ ਬੜਾ ਕੌੜਾ ਕੌੜਾ ਜਿਹਾ ਹੈਗਾ। ਹਾਂ, ਜਿਵੇਂ ਅਸੀਂ ਵੀ ਨਹੀਂ ਪੀਂਦੇ ਉਹ ਕੌਫੀ, ਕੌੜੀ ਕੌਫੀ, ਕਹਿੰਦਾ ਕੌਫੀ, ਕੌੜੀ ਕੌਫੀ ਹੈਗੀ ਹੈ। ਇਹਦਾ ਰੰਗ ਤਾਂ ਬਿਲਕੁਲ ਆਮ ਬੋਤਲਾਂ ਤਰ੍ਹਾਂ ਹੈਗਾ, ਕਾਹਵੇ ਤਰ੍ਹਾਂ, ਜਿਸ ਤਰ੍ਹਾਂ ਕਾਹਵਾ ਬਣਾਉਂਦੇ ਪੱਤੀ ਦਾ। ਅੱਛਾ, ਮੈਂ ਕਈ ਲੋਕਾਂ ਨੂੰ ਵੇਖਿਆ ਕਿ ਕਹਿੰਦਾ ਜੀ ਹਾਜ਼ਮੇ ਵਾਸਤੇ ਐਸੀਆਂ ਚੀਜ਼ਾਂ ਬਹੁਤ ਅੱਛੀਆਂ ਹੁੰਦੀਆਂ, ਮੈਦੇ ਵਾਸਤੇ, ਲੇਕਿਨ ਉਹਦੇ ਜ਼ੈਕੇ ਖਰਾਬ ਹੁੰਦੇ। ਜਿਹਨਾਂ ਦੇ ਜ਼ੈਕੇ ਅੱਛੇ ਹੋਣ, ਉਹ ਕਹਿੰਦਾ ਜੀ ਇਹ ਨੁਕਸਾਨ ਦੇ ਗਏ ਨੇ। ਯਕੀਨ ਕਰੋ ਇਹਦੀ ਸਮੈਲ, ਮੈਂ ਕਹਿੰਦਾ ਉਹ ਕੰਨਾਂ ਦੀਆਂ ਖਿੜਕੀਆਂ, ਦਿਮਾਗ ਦੀਆਂ ਖਿੜਕੀਆਂ ਖੋਲ ਕੇ ਰੱਖ ਦਿੱਤੀਆਂ ਨੇ। ਅਕਸਰ ਮੇਰੇ ਇਲਾਕੇ ਸੱਤੂ ਦਾ ਇਸ ਟਾਈਮ ਬਣਾ ਕੇ ਪੀ ਰਹੇ ਹੁੰਦੇ ਨੇ, ਦੇਖੋ ਠੰਡੇ ਮਿੱਠੇ ਹੁੰਦੇ ਨੇ। ਦੇਖੋ ਕੈਸੇ ਲੋਕ ਨੇ, ਕੈਸੇ ਬੜੇ ਸ਼ੌਕ ਨਾਲ ਇਹੋ ਜਿਹੀਆਂ ਬੋਤਲਾਂ ਪੀਂਦੇ ਨੇ, ਸਾਡੇ ਕੋਲ ਇਹ ਨਹੀਂ ਪੀਤਾ ਜਾ ਰਿਹਾ, ਕਿਉਂਕਿ ਸਾਡੇ ਕੋਲ ਇੱਥੇ ਪੀਂਦੇ ਨਹੀਂ ਹੈਗੇ। ਹਾਂ, ਕਹਿੰਦਾ ਕੋਲ ਪੀਂਦੇ ਆ, ਅਸੀਂ ਵੀ ਬੜੇ ਸ਼ੌਕ ਨਾਲ ਪੀਆ ਕਰਾਂਗੇ। ਵੈਲਕਮ, ਉਹ ਬੀਅਰ ਹੈਗੀ, ਲੇਕਿਨ ਇਹ ਬੜੀ ਸਾਦਾ ਜੀ ਬੀਅਰ ਹੈ, ਔਰ ਐਲਕੋਹਲ ਤੋਂ ਬਗੈਰ ਹੈਗੀ ਹੈ। ਗਲੇ ਨੂੰ ਜੱਗ ਲੱਗਣਾ ਸ਼ੁਰੂ ਹੁੰਦਾ ਜੀ, ਇੰਨਾ ਕੁ ਕੌੜਾ ਕੌੜਾ ਜਿਹਾ ਹੁੰਦਾ, ਜਿਵੇਂ ਕਹਿੰਦਾ ਗਲੇ ਨੂੰ ਜੱਗ ਲੱਗਣਾ ਸ਼ੁਰੂ ਹੋ ਜਾਂਦਾ। ਪੀ ਵੀ ਗਏ ਅਸੀਂ, ਆਇਆ ਜੋ ਪੀਣ ਵਾਸਤੇ ਪੀਣਾ ਲੈ ਗਿਆ ਸੀ। ਉਹ ਠੰਡਾ ਵੀ ਹੈ ਨਾ, ਮਜ਼ਾ ਵੀ ਆ ਰਿਹਾ ਇੰਨਾ। ਲਓ ਜੀ, ਸਾਡੇ ਤਾਂ ਇੱਥੇ ਆਮ ਰੂਟੀਨ ਦੇ ਵਿੱਚ ਰੋਟੀ ਤੋਂ ਬਾਅਦ ਕੋਕ ਦੀ ਬੋਤਲ ਪੀਤੀ ਜਾਂਦੀ ਜਾਂ ਸਪਰੈਡ ਪੀਤੀ ਜਾਂਦੀ, ਲੇਕਿਨ ਇਹ ਚੀਜ਼ ਨਹੀਂ ਉੱਥੇ ਪੀਤੀ ਜਾਂਦੀ। ਇਹ ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ ਨੂੰ ਲਾਏ ਮਤਲਬ ਕਿ ਕੋਈ ਅਹਿਮੀਅਤ ਨਹੀਂ ਦਿੰਦਾ। ਯਾਰ, ਜਿਹੋ ਜਿਹੇ ਮੈਂ ਬੋਤਲ ਦੇ ਪੀਏ, ਇਹ ਮੈਂ ਪਹਿਲੀ ਦਫ਼ਾ ਪੀ। ਹਾਂ, ਅਕਸਰ ਜੇ ਗੰਦਮ ਨਹੀਂ ਨੀ ਕਣਕੀ, ਉਹਨਾਂ ਨੂੰ ਰੱਖੋ ਨਾ ਪਾਣੀ 'ਚ, ਉਹਦਾ ਵੀ ਜ਼ੈਕਾ ਇਹੋ ਜਿਹਾ ਹੋ ਜਾਂਦਾ, ਜਾਂ ਕੌੜਾ ਕੌੜਾ ਜਿਹਾ, ਅਤੇ ਕਦੇ ਵੀ ਇਹੋ ਜਿਹਾ ਹੋ ਜਾਂਦਾ। ਮਤਲਬ ਜ਼ੈਕਾ ਆ ਰਿਹਾ ਤਾਂ ਫਿੱਕਾ ਫਿੱਕਾ ਜਿਹਾ, ਅਤੇ ਕੌੜਾ ਕੌੜਾ ਜਿਹਾ, ਲੱਗਦਾ ਜਿਸ ਤਰ੍ਹਾਂ ਦਿਲ ਬਾਹਰ ਆ ਜਾਏਗਾ, ਅਤੇ ਮੈਂ ਹੋਰ ਨਹੀਂ ਪੀ ਸਕਦਾ।
ਅਤੇ ਦੇਖਦੇ ਰਹਿਣਾ ਟਰੈਵਲ ਪੀਪਲ ਟਾਈਮ, ਦੇਖਣਾ ਨਾ ਭੁੱਲਣਾ, ਲਾਲ ਬਟਨ ਦੂਰ ਦਬਾਉਣਾ, ਸਬਸਕ੍ਰਾਈਬ ਕਰਨਾ, ਤੁਸੀਂ ਜਿੰਨਾ ਸਾ ਸਬਸਕ੍ਰਾਈਬ ਕਰੋਗੇ ਉਨਾ ਅਸੀਂ ਤੁਹਾਡੇ ਨਜ਼ਦੀਕ ਆਵਾਂਗੇ, ਤੁਸੀਂ ਸਾਡੇ ਨਜ਼ਦੀਕ ਆਓਗੇ। ਅਸਲਾਮ ਵਾਲੇਕੁਮ।